ਹੁਣ ਆਪਾਂ ਗੱਲ ਕਰਾਂਗੇ ਕੈਪਟਨ ਅਮਰਿੰਦਰ ਸਿੰਘ ਦੀ। ਬਹੁਤ ਵੱਡਾ ਚਿਹਰਾ ਨੇ ਕੈਪਟਨ ਅਮਰਿੰਦਰ ਸਿੰਘ ਔਰ ਜਿਵੇਂ ਕਿ ਹੁਣ ਖਬਰਾਂ 'ਚ ਪਤਾ ਲੱਗ ਰਿਹਾ ਹੈ ਕਿ 50 ਸਾਲ ਦਾ ਉਹਨਾਂ ਦਾ ਜਿਹੜਾ ਹੈ ਪੋਲੀਟੀਕਲ ਕੈਰੀਅਰ ਹੈ, ਲੇਕਿਨ ਹੁਣ ਉਹ ਕਿਤੇ ਨਾ ਕਿਤੇ ਸਮਾਪਤ ਹੁੰਦਾ ਨਜ਼ਰ ਆ ਰਿਹਾ ਹੈ ਕਿਉਂਕਿ ਉਹਨਾਂ ਨੇ ਹਾਈ ਕਮਾਨ ਤੋਂ ਨਾਰਾਜ਼ ਹੋ ਕੇ ਮੁੱਖ ਮੰਤਰੀ ਦੇ ਅਹੁਦੇ ਤੋਂ ਆਪਣਾ ਅਸਤੀਫਾ ਦੇ ਦਿੱਤਾ ਸੀ। ਕਾਫੀ ਦੇਰ ਉਹਨਾਂ ਦਾ ਕਾਟੋ ਕਲੇਸ਼ ਜਿਹੜਾ ਹੈ ਨਵਜੋਤ ਸਿੰਘ ਸਿੱਧੂ ਨਾਲ ਚੱਲਿਆ ਔਰ ਜਿਸ ਵੇਲੇ ਨਵਜੋਤ ਸਿੰਘ ਸਿੱਧੂ ਨੇ ਹੁਣ ਅਸਤੀਫਾ ਦਿੱਤਾ ਸੀ ਤਾਂ ਕੈਪਟਨ ਸਾਹਿਬ ਨੇ ਕਿਹਾ ਸੀਗਾ ਕਿ ਹਾਈ ਕਮਾਨ ਨੂੰ ਇਹਨਾਂ ਦਾ ਅਸਤੀਫਾ ਮਨਜ਼ੂਰ ਕਰਕੇ ਦੁਬਾਰਾ ਤੋਂ ਸੁਨੀਲ ਜਾਖੜ ਨੂੰ ਪਾਰਟੀ ਦਾ ਪ੍ਰਧਾਨ ਬਣਾ ਲੈਣਾ ਚਾਹੀਦਾ ਹੈ ਔਰ ਹੁਣ ਐਸੇ ਅੰਦੇਸ਼ੇ ਲੱਗ ਰਹੇ ਨੇ ਕਿ 15 ਦਿਨਾਂ ਦੇ ਵਿੱਚ ਕੈਪਟਨ ਸਾਹਿਬ ਆਪਣੀ ਪਾਰਟੀ ਬਣਾ ਲੈਣਗੇ। ਐਸੀ ਖਬਰਾਂ ਜਿਹੜੀਆਂ ਨੇ ਉਹ ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆ ਰਹੀਆਂ ਨੇ। ਜੇ ਢੀਂਡਸਾ ਸਾਹਿਬ ਦੀ ਗੱਲ ਕਰੀਏ ਉਹ ਵੀ ਕਹਿ ਰਹੇ ਨੇ ਕਿ ਜੇ ਖੇਤੀ ਕਾਨੂੰਨ ਤੇ ਇਹ ਸਾਡੇ ਨਾਲ ਸਹਿਮਤ ਹੋਣ, ਕਿਸਾਨਾਂ ਨਾਲ ਸਹਿਮਤ ਹੋਣ, ਸਾਡੇ ਵਰਗੀ ਸੋਚ ਇਹਨਾਂ ਦੀ ਹੋਵੇ ਤਾਂ ਅਸੀਂ ਵੀ ਇਹਨਾਂ ਨਾਲ ਹੱਥ ਮਿਲਾ ਸਕਦੇ ਨੇ। ਦੂਸਰੇ ਪਾਸੇ ਬੀਜੇਪੀ ਦੋਨੇ ਹੱਥ ਫੈਲਾਏ ਕੈਪਟਨ ਸਾਹਿਬ ਦਾ ਇੰਤਜ਼ਾਰ ਕਰ ਰਹੀ ਹੈ ਕਿ ਉਹ ਸਾਡੀ ਪਾਰਟੀ ਜਿਹੜੀ ਹੈ ਜੁਆਇਨ ਕਰ ਲੈਣ। ਹੁਣ ਕਿਸ ਤਰ੍ਹਾਂ ਦੀ ਗੱਲ ਜਿਹੜੀ ਹੈ ਉਹਨਾਂ ਦੀ ਆਪਸ 'ਚ ਚੱਲ ਰਹੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ, ਲੇਕਿਨ 15 ਦਿਨ ਦੇ ਵਿੱਚ ਕੈਪਟਨ ਸਾਹਿਬ ਕੋਈ ਨਾ ਕੋਈ ਧਮਾਕਾ ਜ਼ਰੂਰ ਕਰਨਗੇ। ਹੋ ਸਕਦਾ ਹੈ ਉਹ ਭਗਵੰਤ ਮਾਨ ਨੂੰ ਨਾਲ ਲੈ ਲੈਣ ਔਰ ਆਪਣੇ ਵਰਗੀ ਸੋਚ ਦੇ ਜਿਹੜੇ ਕੁਝ ਹੋਰ ਬੰਦੇ ਨੇ ਉਹਨਾਂ ਨੂੰ ਵੀ ਨਾਲ ਲੈ ਕੇ ਕਿਸੇ ਨਵੀਂ ਪਾਰਟੀ ਦਾ ਐਲਾਨ ਕਰ ਲੈਣ। ਇਹ ਭਵਿੱਖ ਦੀ ਗੋਦ 'ਚ ਹੈ, ਹੁਣ ਪਤਾ ਨਹੀਂ ਊਂਠ ਕਿਸ ਕਰਵਟ ਬੈਠੇਗਾ, ਕਿੱਦਾਂ ਦੇ ਹਾਲਾਤ ਪੰਜਾਬ ਦੇ ਬਣਨਗੇ, ਕੀ ਸਹੀ ਸਮੇਂ ਤੇ ਪੰਜਾਬ 'ਚ ਚੋਣਾਂ ਹੋ ਸਕਣਗੀਆਂ ਜਾਂ ਫਿਰ ਚੋਣਾਂ ਡਿਲੇ ਹੋ ਕੇ ਅੱਗੇ ਚਲੀਆਂ ਜਾਣਗੀਆਂ। ਇਹ ਬਹੁਤ ਸੋਚਣ ਵਾਲੀ ਗੱਲ ਹੈ, ਲੇਕਿਨ ਕਿਤੇ ਨਾ ਕਿਤੇ ਕੈਪਟਨ ਸਾਹਿਬ ਹੁਣ ਪੂਰੇ ਗੁੱਸੇ 'ਚ ਨੇ। ਕੁਝ ਨਾ ਕੁਝ ਜ਼ਰੂਰ ਉਹਨਾਂ ਵੱਲੋਂ ਕੀਤਾ ਜਾਏਗਾ, ਚਾਹੇ ਉਹ ਕਿਸੇ ਹੋਰ ਪਾਰਟੀ 'ਚ ਚਲੇ ਜਾਣ ਜਾਂ ਫਿਰ ਉਹ ਆਪਣੇ ਹੀ ਕੁਝ ਵਿਧਾਇਕਾਂ ਨੂੰ ਲੈ ਕੇ ਜਿਹੜੇ ਉਹਨਾਂ ਵਰਗੀ ਸੋਚ ਰੱਖਦੇ ਨੇ ਜਾਂ ਜਿਹੜੇ ਹੁਣ ਵੀ ਉਹਨਾਂ ਨਾਲ ਅਟੈਚਡ ਨੇ ਉਹਨਾਂ ਨੂੰ ਲੈ ਕੇ ਜਿਹੜਾ ਹੈ ਕੋਈ ਨਵਾਂ ਜਿਹੜਾ ਧਮਾਕਾ ਜ਼ਰੂਰ ਕਰਨਗੇ। ਐਸੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਹੁਣ ਕੈਪਟਨ ਸਾਹਿਬ ਦੇ ਮਨ 'ਚ ਆਖਿਰ ਚੱਲ ਕੀ ਰਿਹਾ ਹੈ। ਫ੍ਰੀ ਲੀਫ ਆਯੁਰਵੈਦਿਕ ਆਇਲ 125 ਬਿਮਾਰੀਆਂ ਦਾ ਸੰਪੂਰਨ ਇਲਾਜ, ਜਿਵੇਂ ਗਠੀਆ, ਸਰਵਾਈਕਲ, ਮਾਈਗ੍ਰੇਨ ਅਤੇ ਸਰੀਰ ਵਿੱਚ ਕਿਸੇ ਵੀ ਕਿਸਮ ਦੀ ਦਰਦ ਕਿਉਂ ਨਾ ਹੁੰਦੀ ਹੋਵੇ, ਇੱਥੋਂ ਤੱਕ ਕਿ ਬਲੌਕੇਜ ਦੇ ਨਾਲ ਬਣੀਆਂ ਕਈ ਬਿਮਾਰੀਆਂ ਦਾ ਇੱਕੋ ਇੱਕ ਇਲਾਜ ਹੈ ਫ੍ਰੀ ਰਿਲੀਫ ਆਯੁਰਵੈਦਿਕ ਆਇਲ, ਯਾਨੀ ਕਿ 125 ਬਿਮਾਰੀਆਂ ਦਾ ਸੰਪੂਰਨ ਇਲਾਜ। ਫ੍ਰੀ ਰਿਲੀਫ ਵਿਜ਼ੀਲੈਕਸ weight lose, ਮੋਟਾਪੇ ਤੋਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ, ਵਜ਼ਨ ਘਟਾਓ ਤੇ ਖੁਸ਼ ਹੋ ਜਾਓ। ਫ੍ਰੀ ਰਿਲੀਫ ਪਾਵਰ, ਮਰਦਾਨਾ ਕਮਜ਼ੋਰੀ ਨੂੰ ਖਤਮ ਕਰਦਾ ਹੈ ਤੇ ਨਰਕ ਭਰੀ ਜ਼ਿੰਦਗੀ ਵਿੱਚ ਲਿਆਉਂਦਾ ਹੈ ਰੌਣਕ। ਫ੍ਰੀ ਰਿਲੀਫ ਪਾਵਰ, ਕਬਜ਼ ਤੋਂ ਪਰੇਸ਼ਾਨ ਹੋਣ ਦੀ ਹੁਣ ਜ਼ਰੂਰਤ ਨਹੀਂ ਹੈ, ਕਬਜ਼ ਤੋਂ ਛੁਟਕਾਰਾ ਪਾਉਣ ਲਈ ਆ ਗਿਆ ਕਬਜ਼ ਹਰ ਚੂਰਨ। ਕਬਜ਼ ਹਰ ਚੂਰਨ ਨੂੰ ਅਪਣਾਓ ਤੇ ਕਬਜ਼ ਤੋਂ ਛੁਟਕਾਰਾ ਪਾਓ। ਹੁਣ ਤੱਕ ਲੱਖਾਂ ਮਰੀਜ਼ ਲੈ ਚੁੱਕੇ ਨੇ ਫਾਇਦਾ। ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ 94 784 84087। ਨੰਬਰ ਇੱਕ ਵਾਰ ਫਿਰ ਤੁਸੀਂ ਨੋਟ ਕਰ ਸਕਦੇ ਹੋ 9478484087।